ਇਸ ਦਾ ਸੋਲੋ ਫੂਡ ਅੱਜ ਅਸੀਂ ਬਣਾਵਾਂਗੇ ਗਾਜਰ ਗੋਭੀ ਦਾ ਅਚਾਰ। ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਗਾਜਰਾਂ ਨੂੰ ਕੱਟ ਕੇ ਚੰਗੀ ਤਰ੍ਹਾਂ ਤੇ ਗੋਭੀ ਨੂੰ ਉਹਨੂੰ ਗਰਮ ਪਾਣੀ 'ਚ ਧੋ ਕੇ ਤੇ ਉਹਨਾਂ ਨੂੰ ਸੁਕਾ ਲਿਆ। ਬਿਲਕੁਲ ਵੀ ਪਾਣੀ ਨਹੀਂ, ਧੁੱਪ 'ਚ ਸੁਕਾਇਆ, ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ। ਤੇ ਅਸੀਂ ਮਸਾਲੇ ਲਏ ਨੇ, ਹਲਦੀ ਲਈ ਹੈ, ਲਾਲ ਮਿਰਚਾਂ, ਨਮਕ, ਕਲੌਂਜੀ, ਮੇਥੀ ਦਾਣਾ, ਧਨੀਆ, ਸਬੂਤਾ ਅਤੇ ਦਾਲਚੀਨੀ ਅਤੇ ਰਾਈ ਲਈਏ। ਇਹਨਾਂ ਸਾਰੇ ਨੂੰ ਹੁਣ ਅਸੀਂ ਕੀ ਕਰਨਾ, ਦਾਲਚੀਨੀ, ਸੁੱਕਾ ਧਨੀਆ, ਰਾਈ ਅਤੇ ਮੇਥੀ ਨੂੰ ਡਰਾਈ ਰੋਸਟ ਕਰਕੇ ਇਹਨਾਂ ਨੂੰ ਅਸੀਂ ਪਾਊਡਰ ਬਣਾ ਲੈਣਾ, ਕੁੱਟ ਲੈਣਾ, ਪੀਸ ਲੈਣਾ। ਸਾਰੇ ਮਸਾਲੇ ਨੂੰ ਡਰਾਈ ਰੋਸਟ ਕਰਕੇ ਉਹਨੂੰ ਪੀ ਲਿਆ। ਵੇਖੋ ਜ਼ਿਆਦਾ ਪਾਊਡਰ ਨਹੀਂ ਬਣਾਇਆ, ਥੋੜ੍ਹਾ ਮੋਟਾ ਹੀ ਰੱਖਿਆ। ਅਤੇ ਹੁਣ ਅਸੀਂ ਅਚਾਰ ਪਾਣਾ ਆਪਣਾ ਸਟਾਰਟ ਕਰਨੇ ਹਾਂ। ਹੁਣ ਅਸੀਂ ਇੱਕ ਵੱਡੇ ਭਾਂਡੇ 'ਚ ਲੈ ਕੇ ਉਹਦੇ 'ਚ ਗਾਜਰ ਅਤੇ ਗੋਭੀ ਨੂੰ ਪਾ ਲਾਂਗੇ। ਹੁਣ ਇਹਨਾਂ 'ਚ ਅਸੀਂ ਮਸਾਲੇ ਐਡ ਕਰਾਂਗੇ, ਜਿਹੜੇ ਡਰਾਈ ਰੋਸਟ ਮਸਾਲੇ ਕਰਕੇ ਅਸੀਂ ਭੁੰਨੇ ਨੇ ਅਤੇ ਕੁੱਟੇ ਨੇ, ਉਹਨਾਂ ਨੂੰ ਪਾ ਦਾਂਗੇ। ਨਮਕ ਪਾ ਦਾਂਗੇ। ਇਹ ਸਾਰੇ ਮਸਾਲੇ ਅਸੀਂ ਟੇਸਟ ਦੇ ਅਕੋਰਡਿੰਗ ਪਾਉਣੇ ਨੇ। ਹਲਦੀ ਪਾ ਦਾਂਗੇ, ਅੰਦਾਜ਼ੇ ਦੇ ਹਿਸਾਬ 'ਤੇ ਪਾਉਂਦੇ ਹਾਂ, ਅਤੇ ਲਾਲ ਮਿਰਚਾਂ ਪਾਊਡਰ। ਅਤੇ ਇਸ ਤੋਂ ਬਾਅਦ ਇਹਦੇ 'ਚ ਅਸੀਂ ਥੋੜ੍ਹਾ ਜਿਹਾ ਸਰੋਂ ਦਾ ਤੇਲ ਪਾਵਾਂਗੇ। ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ। ਹੁਣ ਅਸੀਂ ਚੰਗੀ ਤਰ੍ਹਾਂ ਮਸਾਲੇ ਮਿਕਸ ਕਰ ਲਏ ਨੇ ਇਹਦੇ 'ਚ। ਅਤੇ ਮਸਾਲੇ ਮਿਕਸ ਕਰਨ ਤੋਂ ਬਾਅਦ ਮਸਾਲੇ ਅਸੀਂ ਚੰਗੀ ਤਰ੍ਹਾਂ ਸਾਰੇ ਮਿਕਸ ਕਰ ਲਏ ਨੇ। ਹੁਣ ਇਹਦੇ 'ਚ 2 ਤੋਂ 3 ਚਮਚ ਅਸੀਂ ਸਿਰਕਾ ਪਾ ਦਾਂਗੇ ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਦੁਬਾਰਾ ਤੋਂ। ਹੁਣ ਅਸੀਂ ਇਸ ਅਚਾਰ ਨੂੰ 8 ਕੰਟੇਨਰ 'ਚ ਪਾ ਕੇ ਰੱਖ ਦਾਂਗੇ। 3 ਤੋਂ 4 ਦਿਨ ਅਸੀਂ ਧੁੱਪ ਲਵਾਂਗੇ, ਫਿਰ ਸਾਡਾ ਅਚਾਰ ਬਿਲਕੁਲ ਰੈਡੀ ਹੋ ਜਾਏਗਾ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ। ਹੈਵ ਅ ਨਾਈਸ ਡੇ।